ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣੇ ਆਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਕਹਿੰਦੇ ਰਾਜੇ ਨੂੰ ਨਾ ਆਪਣੀ প্রজਾਲੀ ਲਈ ਕਈ ਫੈਸਲੇ ਐਵੇਂ ਦੇ ਲੈਣੇ ਪੈਂਦੇ ਸਨ ਜੋ ਉਹਨਾਂ ਲਈ ਸਖਤ ਹੁੰਦੇ ਸਨ ਕਹਿੰਦੇ ਰਾਜੇ ਦੀ ਪਿੱਠ ਪਿੱਛੇ ਉਹ ਰਾਜੇ ਦੀ ਬੁराई ਕਰਦੇ ਸ। ਰਾਜਾ ਨਾ ਇਸ ਚੀਜ਼ ਤੋਂ ਬੜਾ ਖਫਾ ਹੋਇਆ। ਇੱਕ ਦਿਨ ਰਾਜਾ ਆਪਣੀ ਰਾਣੀ ਨਾਲ ਗੱਲ ਕਰਨ ਲੱਗਾ ਕਿ ਮੈਂ ਚਾਹੁੰਨਾ ਮੇਰਾ ਪੁੱਤ ਰਾਜਾ ਨਾ ਬਣੇ। ਮੇਰੇ ਪੁੱਤ ਦੀ ਹਰ ਇੱਕ ਪ੍ਰਸ਼ੰਸਾ ਕਰੇ ਤੇ ਮੇਰਾ ਪੁੱਤ ਗਿਆਨਵਾਨ ਬਣੇ। ਉਹ ਕਹਿੰਦੀ ਵੀ ਐਵੇਂ ਦੇ ਫਿਰ ਸੰਤ ਫਕੀਰੀ ਹੁੰਦੇ ਨੇ। ਕਹਿੰਦਾ ਮੈਂ ਚਾਹੁੰਨਾ ਵੀ ਮੇਰਾ ਪੁੱਤ ਸੰਤ ਫਕੀਰ ਹੀ ਬਣ ਜਾਵੇ। ਉਹ ਕਹਿੰਦੀ ਜੀ ਐਵੇਂ ਕੋਈ ਸੰਤ ਫਕੀਰ ਨਹੀਂ ਬਣਦਾ ਉਹ ਤਾਂ ਆਪਣੇ ਮਨ ਦੀ ਲਗਨ ਹੁੰਦੀ ਉਹਨੇ ਕਿਹਾ ਨਹੀਂ ਜਿਵੇਂ ਦੀ ਸੰਗਤ ਚ ਰਹੀਏ ਮਨੁੱਖ ਉਵੇਂ ਦਾ ਹੋ ਜਾਂਦਾ ਉਹਨੇ ਕਿਹਾ ਜੀ ਠੀਕ ਹੈ ਅਗਲੇ ਦਿਨ ਰਾਜੇ ਨੇ ਆਸ-ਪਾਸ ਬੜੇ سارے 4-5 ਮੰਤਰੀਆਂ ਨੂੰ ਭੇਜਿਆ ਵੀ ਐਵੇਂ ਦੇ ਸੰਤ ਫਕੀਰ ਪਤਾ ਕਰਕੇ ਆਓ ਜੋ ਗਿਆਨਵਾਨ ਹੋਣ ਗੁਨਾ ਦੇ ਧਾਰਨੀ ਹੋਣ ਤੇ ਹਰ ਇੱਕ ਗੱਲ ਮੇਰੇ ਪੁੱਤ ਨੂੰ ਚੰਗੀ ਤਰ੍ਹਾਂ ਸਿਖਾ ਦੇ ਕਹਿੰਦੇ ਸਾਰੇ ਜਣੇ ਨਾ ਅਦਤ ਦਿਸ਼ਾਵਾਂ ਦੇ ਵਿੱਚ ਕੇ ਇੱਕ ਮੰਤਰੀ ਆਇਆ ਉਹਨੇ ਕਿਹਾ ਰਾਜਨ ਆਪਣਾ ਜਿਹੜਾ ਨਗਰ ਦੇ ਨਾਲ ਜੰਗਲ ਹੈ ਨਾ ਉਥੇ ਚਾਰ ਸੰਤ ਫਕੀਰ ਬੈਠੇ ਨੇ ਤੇ ਉਹ ਸਭ ਤੋਂ ਵੱਧ ਗਿਆਨਮਾਨ ਨੇ ਉਹ ਜੋ ਗੱਲਾਂ ਦੱਸਦੇ ਨੇ ਉਸ ਦੇ ਨਾਲ ਮਨੁੱਖ ਦਾ ਕਲਿਆਣ ਵੀ ਹੋ ਜਾਂਦਾ ਤੇ ਮਨੁੱਖ ਹਰ ਖੇਤਰ 'ਚ ਸਫਲ ਵੀ ਹੋ ਜਾਂਦਾ ਰਾਜਾ ਪਰਸਨ ਹੋ ਗਿਆ ਰਾਤ ਨੂੰ ਉਹ ਰਾਜਾ ਰਾਣੀ ਨੂੰ ਸਾਰੀ ਗੱਲ ਬਾਤ ਦੱਸਦਾ ਹੈ ਕਿੰਦੇ ਆਪਣੇ ਜਿਹੜੇ ਜੰਗਲ ਇਹਨਾ ਨਗਰ ਦੇ ਨਾਲ ਉਥੇ ਚਾਰ ਸੰਤ ਫਕੀਰ ਬੈਠੇ ਨੇ ਉਹ ਕਹਿੰਦੇ ਵੀ ਉਹ ਜੋ ਵੀ ਗੱਲਾਂ ਗਿਆਨ ਦੱਸਦੇ ਨੇ ਉਸ ਦੇ ਨਾਲ ਮਨੁੱਖ ਦਾ ਭਲਾ ਹੋ ਜਾਂਦਾ ਤੇ ਮੈਂ ਆਪਣੇ ਪੁੱਤ ਨੂੰ ਉਥੇ ਛੱਡ ਕੇ ਆਵਾਂਗਾ ਪਰ ਉਸ ਤੋਂ ਪਹਿਲਾਂ ਮੈਂ ਪਤਾ ਕਰਾਂਗਾ ਵੀ ਉਹ ਚਾਰਾਂ ਚੋਂ ਕਿਹੜਾ ਸਭ ਤੋਂ ਵੱਧ ਗਿਆਨ ਵਾਲਾ ਨੇ ਤੇ ਉਹਦੇ ਕੋਲ ਹੀ ਮੈਂ ਆਪਣੇ ਪੁੱਤ ਨੂੰ ਛੱਡ ਕੇ ਆਵਾਂਗਾ ਹੁਣ ਉਸ ਦਿਨ ਰਾਜੇ ਦੇ ਜਿਹੜਾ ਮਹਿਲ ਸੀ ਉਹਦੇ ਵਿੱਚ ਇੱਕ ਚੋਰ ਆਇਆ ਹੋਇਆ ਸੀ ਉਨੇ ਰਾਜੇ ਤੇ ਰਾਣੀ ਦੀ ਸਾਰੀ ਗੱਲ ਸੁਣ ਲਈ ਉਹ ਸੋਚਦਾ ਹੈ ਵੀ ਰੋਜ਼-ਰੋਜ਼ ਚੋਰੀ ਕਰਦਾ ਐਵੇਂ ਚੋਰੀ ਕਰਕੇ ਤੇ ਫੜਨ ਦਾ ਵੀ ਡਰੇ ਜੇ ਫੜਿਆ ਗਿਆ ਤੇ ਰਾਜਾ ਜਾਂ ਕੈਦ ਚ ਪਾ ਦੇਗਾ ਜਾਂ ਸੂਲੀ ਤੇ ਟਾਂਗ ਦੇਗਾ ਜੇਕਰ ਮੈਂ ਸੰਤ ਫਕੀਰ ਬਣ ਜਾਣਾ ਤਾਂ ਫਿਰ ਤਾਂ ਰਾਜੇ ਨੇ ਮੈਨੂੰ ਬੜਾ ਕੁਝ ਦਿਆ ਕਰਨਾ ਇਸ ਦੇ ਨਾਲ ਤਾਂ ਮੇਰੇ ਦੇ ਨੀ ਬਦਲ ਜਾਣੀ ਨੇ ਹੁਣ ਉਹਦੇ ਮਨ 'ਚ ਐਵੇਂ ਦੇ ਵਿਚਾਰ ਆਉਂਦੇ ਹੁੰਦੇ ਨੇ ਹੁਣ ਉਹ ਸੋਚਦਾ ਹੈ ਵੀ ਕਿਉਂ ਨਾ ਮੈਂ ਹੁਣ ਆਪੇ ਸੰਤ ਫਕੀਰੀ ਬਣ ਜਾਵਾਂ ਉਹ ਰਾਜਮਹਿਲ ਦੇ ਵਿੱਚੋਂ ਦੱਬੀ ਪੈਰੀ ਨਿਕਲ ਜਾਂਦੇ ਸਭ ਤੋਂ ਪਹਿਲਾਂ ਜਾ ਕੇ ਤੇ ਸਵੇਰ ਹੁੰਦੀ ਏ ਤੇ ਉਹ ਪਹਿਲੇ ਸੰਤ ਫਕੀਰ ਦੇ ਕੋਲ ਜਾਂਦਾ ਜਾ ਕੇ ਨਮਸਕਾਰ ਕੀਤੀ ਕਿ ਆ ਸੰਤ ਜੀ ਮੈਂ ਭਲਾ ਚੋਨਾ ਮੈਂ ਚੋਨਾ ਘਰ ਵਾਧਾ ਹੋਵੇ ਸੁਖ ਸ਼ਾਂਤੀ ਹੋਵੇ ਤੇ ਮੈਂ ਇੱਕ ਚੰਗਾ ਇਨਸਾਨ ਤੇ ਗੁਣਵਾਨ ਮਨੁੱਖ ਬਣ ਜਾ ਜਿਹੜੇ ਖੇਤਰ ਚ ਜਾਵਾਂ ਉਥੇ ਕਾਮਯਾਬੀ ਹੀ ਹੱਥ ਲਗੇ ਇਹਦੇ ਲਈ ਕੋਈ ਗੱਲ ਦੱਸੋ ਸਤ ਫਕੀਰ ਕਹਿੰਦੇ ਕਦੇ ਕਿਸੇ ਦਾ ਦਿਲ ਨਾ ਦੁਖਾ ਕਿਸੇ ਨੂੰ ਦੁਖੀ ਨਾ ਕਰੋ ਕਦੇ ਵੀ ਦੁੱਖ ਨਾ ਦਿਵੋ ਇਹ ਦਿਲ ਪਰਮਾਤਮਾ ਦਾ ਰੂਪ ਹੈ ਤੇ ਇਸ ਨੂੰ ਜੋ ਜਿੰਨਾ ਸੰਭਾਲ ਕੇ ਰੱਖਦਾ ਹੈ ਦਿਲ ਨਹੀਂ ਦੁਖਾਂਦਾ ਦੁੱਖ ਨਹੀਂ ਦਿੰਦਾ ਪਰਮਾਤਮਾ ਉਹਨਾਂ ਖੁਸ਼ ਹੋ ਕੇ ਮਨੁੱਖ ਤੇ ਮਿਹਰਬਾਨ ਹੋ ਜਾਂਦੇ ਨੇ ਉਹ ਗੱਲ ਸੁਣ ਕੇ ਕਹਿੰਦਾ ਸੰਤ ਜੀ ਹੋਰ ਕੋਈ ਗੱਲ ਸੰਤ ਜੀ ਕਹਿਣ ਲੱਗੇ ਹੋਰ ਦੀ ਜ਼ਰੂਰਤ ਨਹੀਂ ਬਸ ਇੰਨਾ ਕਰ ਲੈ ਇਹ ਗੱਲੀ ਤੇਰੇ ਸਾਰੇ ਕਾਰਜ ਰਾਸ ਕਰ ਦੇਗੀ ਉਹਨੇ ਕਿਹਾ ਜੀ ਠੀਕ ਹੈ ਹੁਣ ਉਥੋਂ ਹੱਥ ਜੋੜ ਨਮਸਕਾਰ ਕਰ ਤੇ ਅਗਲੇ ਸੰਤ ਫਕੀਰ ਦੇ ਕੋਲ ਜਾਂਦਾ ਅੱਗੇ ਜਾ ਕੇ ਫਿਰ ਉਹ ਹੀ ਗੱਲ ਦਰੋਂਦਾ ਕਹਿੰਦਾ ਸੰਤ ਜੀ ਮੈਂ ਪਲਾਚੋਣਾ ਹਰ ਖੇਤਰ ਚ ਵਾਦਾ ਚੋਣਾ ਸੁਖ ਤੇ ਸ਼ਾਂਤੀ ਚੋਣਾ ਇਹਦੇ ਲਈ ਕੋਈ ਗੁਰਮੰਤਰ ਦੱਸੋ ਹੁਣ ਸੰਤ ਫਕੀਰ ਜੀ ਅੱਖਾਂ ਖੋਲ ਕੇ ਕਹਿੰਦੇ ਦੇਖ ਇਹਦਾ ਇੱਕ ਹੀ ਗੁਰਮੰਤਰ ਹੈ ਕਦੇ ਰਤੀ ਭਾਰ ਵੀ ਝੂਠ ਨਾ ਬੋਲੀ ਹਮੇਸ਼ਾ ਸਾਚੀ ਬੋਲੀ ਭਾਵੇਂ ਤੇਰਾ ਸਿਰ ਹੀ ਕਿਉਂ ਨਾ ਜਿਹੜਾ ਉਹ ਲੱਥ ਜਾਵੇ ਸੱਚ ਬੋਲਣ ਪਿਛੇ ਭਾਵੇਂ ਤੇਰਾ ਸਿਰ ਲੱਥ ਜੇ ਪਰ ਸੱਚ ਤੋਂ ਪਿਛੇ ਨਾ ਹਟੇ ਜਿਵੇਂ ਵੇ ਤੂੰ ਵੇਖਿਆ ਜਿਵੇਂ ਤੂੰ ਸੁਣਿਆ ਜਿਵੇਂ ਤੂੰ ਸਮਝਿਆ ਠੀਕ ਓਵੇਂ ਦਾਈ ਅੱਗੇ ਕਹਿ ਦੇ ਅੱਗੇ ਕਹਿੰਦੇ ਸੱਚ ਬਰਾਬਰ ਤਪਨੀ ਝੂਠ ਬਰਾਬਰ ਪਾਪ ਜਿਸ ਦੇ ਹਿਰਦੇ ਸੱਚਾ ਤਾਂ ਕੇ ਹਿਰਦੇ ਉਹ ਪਰਮਾਤਮਾ ਆਪ ਜਦੋਂ ਇਹ ਗੱਲ ਕਹੀ ਤਾਂ ਅਗੋ ਛੋੜਨੇ ਕਹਿੰਦਾ ਜੀ ਹੋਰ ਕੋਈ ਗੱਲ ਵੀ ਦੱਸੋ ਸੰਤ ਫਕੀਰ ਕਹਿੰਦੇ ਬਸ ਹੋਰ ਦੀ ਜ਼ਰੂਰਤ ਨਹੀਂ ਤੂੰ ਇਸ ਤੇ ਅਮਲ ਕਰ ਲੈ ਇਹ ਕਹਿ ਕੇ ਤੇ ਉੱਥੋਂ ਚਲਾ ਗਿਆ ਹੁਣ ਤੁਰਦਾ ਤੁਰਦਾ ਉਹ ਤੀਸਰੇ ਸੰਤ ਫਕੀਰ ਜੀ ਦੇ ਕੋਲ ਜਾਂਦਾ ਜਾ ਕੇ ਉਹਨਾਂ ਨੂੰ ਫੇਰ ਕਿਹਾ ਸੰਤ ਜੀ ਮੈਂ ਪਲਾ ਚਾਹਨਾ ਮੈਂ ਵਾਦਾ ਚਾਹਨਾ ਸੋਖ ਤੇ ਸ਼ਾਂਤੀ ਚਾਹਨਾ ਸੰਤ ਫਕੀਰ ਕਹਿੰਦੇ ਇਹਦੇ ਲਈ ਸਿਰਫ ਇੱਕੋ ਹੀ ਮੰਤਰ ਸਿੱਧੀ ਜੀ ਗੱਲ ਹੈ ਉਠਦ ਬੈਠਤ ਖਾਵਤ ਪੀਵਤ ਵੀ ਉਠਦੇ ਬੈਂਦੇ ਖਾਂਦੇ ਪੀਂਦੇ ਉਸ ਪਰਮਾਤਮਾ ਦਾ ਨਾਮ ਲਵੋ ਮਨੁੱਖਾ ਤੈਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਜਦੋਂ ਤੂੰ ਐਵੇਂ ਕਰ ਲਿਆ ਹਰ ਸਮੇਂ ਉਹ ਪਰਮਾਤਮਾ ਤੇਰੇ ਨਾਲ ਰਹਿਣਗੇ ਫਿਰ ਆਪੇ ਦਿਨ ਦੋਗਣੀ ਤੇ ਰਾਤ ਚੌਗਣੀ ਤਰੱਕੀ ਹੋਵੇਗੀ ਐਵੇਂ ਇੱਕ ਸੰਤ ਫਕੀਰ ਨੇ ਕਿਆ ਅੱਖਾਂ ਬੰਦ ਕਰ ਲੀਆਂ ਤੇ ਉਹ ਪਰਮਾਤਮਾ ਦਾ ਨਾਮ ਜਪਣ ਲੱਗੇ ਹੁਣ ਉਹ ਅਗਲੇ ਸੰਤ ਫਕੀਰ ਜੀ ਕੋਲ ਜਾਂਦੇ ਚੌਥੇ ਸੰਤ ਫਕੀਰ ਜੀ ਕੋਲ ਜਾ ਕੇ ਅੱਖਾਂ ਬੰਦ ਕਰਕੇ ਤੇ ਬੈਠ ਗਿਆ ਕਹਿੰਦੇ ਉਹਨਾਂ ਉੱਥੇ ਬੈਠ ਕੇ ਹੁਣ ਸੰਤ ਜੀ ਦਾ ਇੰਤਜ਼ਾਰ ਕਰਨ ਲੱਗਾ ਵੀ ਅੱਖਾਂ ਖੋਲਣਗੇ ਕਹਿੰਦੇ ਕੁਝ ਸਮੇਂ ਬਾਅਦ ਉਹ ਸੰਤ ਫਕੀਰ ਜੀ ਨੇ ਅੱਖਾਂ ਖੋਲੀਆਂ ਉਹਨਾਂ ਨੂੰ ਕਿਹਾ ਸੰਤ ਜੀ ਮੈਂ ਭਲਾ ਚੋਣਾ ਸੁਖ ਸ਼ਾਂਤੀ ਚੋਣਾ ਵਾਧਾ ਚੋਣਾ ਕਾਮਯਾਬੀ ਚੋਣਾ ਗਿਆਨ ਚੋਣਾ ਤੇ ਚੰਗਾ ਮਨੁੱਖ ਬਣਨਾ ਚੋਣਾ ਸੰਤ ਫਕੀਰ ਜੀ ਕਹਿੰਦੇ ਫਿਰ ਇਹਦੇ ਲਈ ਤੈਨੂੰ ਇੱਕ ਦੀ ਲਗਣ ਹੋਣੀ ਚਾਹੀਦੀ ਹਮੇਸ਼ਾ ਮਾਨਿਓ ਯਾਦ ਰਵੇ ਮੈਂ ਉਹ ਇੱਕ ਦਾਈਆਂ ਜਿਵੇਂ ਕਿਸੇ ਕੁੜੀ ਦਾ ਵਿਆਹ ਹੋ ਜਾਂਦਾ ਉਹਨੂੰ ਸਮਝ ਆ ਜਾਂਦਾ ਹੁਣ ਮੈਂ ਇੱਕੋ ਵਾਰੀ ਨਹੀਂ ਮੈਂ ਇੱਕ ਦੀ ਹੋਈਆਂ ਫਿਰ ਉਹਦਾ ਆਪੇ ਹਮੇਸ਼ਾ ਜਿਹੜਾ ਸੇਲਦਾ ਸਾਈਂ ਹੈ ਉਹਦੇ ਨਾਲ ਰਹਿ ਕੇ ਉਹਦੀ ਹਰ ਥਾਂ ਰੱਖਿਆ ਕਰਦਾ ਐਵੇਂ ਜੇ ਤੂੰ ਇੱਕ ਦਾ ਹੋ ਜੇ ਤੇ ਬੱਸ ਫਿਰ ਤੇਰੇ ਘਰ ਆਪੀ ਸੁਖ ਸ਼ਾਂਤੀ ਸਾਰਾ ਕੁਝ ਆ ਜਾ ਜਾਵੇਗਾ ਕਿਹਾ ਮਿਰਤਾ ਵੈਗਰੂ ਆਕਾਲ ਦੂਸਰਾ ਨਾ ਕੋਈ ਸਕਾ ਚੋਰ ਕਿੰਦਾ ਜੀ ਹੋਰ ਕੋਈ ਗੱਲ ਦੱਸੋ ਸੰਤ ਜੀ ਕਹਿੰਦੇ ਹੋਰ ਦੀ ਜ਼ਰੂਰਤ ਹੀ ਨਹੀਂ ਜਿੱਥੇ ਇਹ ਇੱਕ ਆ ਗਿਆ ਉਹ ਚਾਰੇ ਗੱਲਾਂ ਸੁਣ ਕੇ ਤੇ ਅੱਗੇ ਇੱਕ ਥੋੜੀ ਦੂਰੀ ਤੇ ਜਾ ਕੇ ਤੇ ਬੈਠ ਗਿਆ ਕਹਿੰਦੇ ਉੱਥੇ ਬੈਠ ਕੇ ਤੇ ਹੁਣ ਉਹ ਅੱਖਾਂ ਬੰਦ ਕਰਕੇ ਤੇ ਐਵੇਂ ਆਪਣੇ ਆਪ 'ਚ ਇੱਕ ਢੋਂਗ ਕਰਨ ਲੱਗਾ ਵੀ ਮੈਂ ਤਾਂ ਪਰਮਾਤਮਾ ਦਾ ਨਾਮ ਜਪਦਾ ਪਿਆ ਮਾ ਕਹਿੰਦੇ ਕੋਜ ਸਮਾਂ ਲੰਘਿਆ ਤੇ ਉਹ ਰਾਜਾ ਆਇਆ ਰਾਜਾ ਵਾਰੀ-ਵਾਰੀ ਉਹ ਚਾਰਾਂ ਸੰਤਾਂ ਦੇ ਕੋਲ ਗਿਆ। ਪਹਿਲੇ ਸੰਤ ਤੋਂ ਪੁੱਛਿਆ ਤੇ ਉਹਨਾਂ ਉਹ ਹੀ ਕਿਹਾ, "ਬਿੱਖ ਦੇ ਦਿਲ ਨਾ ਦੁਖਾਵੀ ਤੇ ਕਦੇ ਕਿਸੇ ਨੂੰ ਦੁਖ ਨਾ ਦਵੀ।" ਵੀ ਇਹ ਪਰਮਾਤਮਾ ਦਾ ਰੂਪ ਹੈ। ਦੂਜੇ ਸੰਤ ਜੀ ਦੇ ਕੋਲ ਗਿਆ। ਉਹਨਾਂ ਕਿਹਾ, "ਜ਼ਿੰਦਗੀ 'ਚ ਕਦੇ ਝੂਠ ਨਾ ਬੋਲੇ।" ਫਿਰ ਤੀਜੇ ਕੋਲ ਗਿਆ। ਉਹਨਾਂ ਕਿਹਾ, "ਬੀ ਉੱਠਦੇ ਬੈਠਦੇ ਉਸ ਪਰਮਾਤਮਾ ਦਾ ਨਾਮ ਜਪ।" ਜਦੋਂ ਚੌਥੇ ਕੋਲ ਗਿਆ, ਉਹਨੇ ਕਿਹਾ, "ਬੀ ਇੱਕ ਦੀ ਸ਼ਰਨ ਹੋ ਕੇ ਰਹਿ।" ਤੇ ਫਿਰ ਆਪੇ ਤੇਰੇ ਪਰਮਾਤਮਾ ਲੜ ਲੱਗ ਹੋਣਗੇ ਤੇ ਤੇਰੇ ਤੇ ਮਿਹਰ ਭਰਿਆ ਹੱਥ ਰੱਖਣਗੇ ਕਹਿੰਦੇ ਹੁਣ ਤੁਰਦੇ ਤੁਰਦੇ ਜਦੋਂ ਅੱਗੇ ਗਿਆ ਨਾ ਤਾਂ ਉਹਨਾਂ ਨੇ ਦੇਖਿਆ ਵੀ ਅੱਗੇ ਪੰਜਵਾਂ ਸੰਤ ਫਕੀਰ ਵੀ ਬੈਠਾ ਹੈ ਹੁਣ ਉਹਨਾਂ ਦੇ ਕੋਲ ਗਏ ਕੋਲ ਬੈਠ ਕੇ ਕਹਾਂ ਵੀ ਸੰਤ ਜੀ ਮੈਨੂੰ ਕੋਈ ਜੀਵਨ ਦਾ ਉਪਦੇਸ਼ ਦਵੋ ਕਹਿੰਦੇ ਪਹਿਲਾਂ ਤੇ ਹੁਣ ਜਿਹੜਾ ਚੋਰ ਸੀ ਉਹ ਕੁਝ ਨਾ ਬੋਲਿਆ ਕਹਿੰਦੇ ਕੁਝ ਸਮੇਂ ਬਾਅਦ ਜਦੋਂ ਰਾਜਾ ਬੋਲੀ ਗਿਆ ਮਿੰਤਾਜੀਆਂ ਕਰੀ ਗਿਆ ਤੇ ਉਹ ਕਹਿਣ ਲੱਗਾ ਕਹਿੰਦੇ ਮੈਂ ਜੋ ਕਹਾਂਗਾ ਉਹ ਮੰਨੇਗਾ ਕਹਿੰਦਾ ਜੀ ਹਾਂ ਜ਼ਰੂਰ ਮੰਨਾਂਗਾ ਕਹਿੰਦੇ ਫਿਰ ਪਹਿਲੀ ਗੱਲ ਸੁਣ ਕਦੇ ਕਿਸੇ ਦਾ ਦਿਲ ਨਾ ਦੁਖਾਵੇਂ ਕਿਸੇ ਨੂੰ ਦੁੱਖ ਨਾ ਦੇ ਇਹ ਦਿਲ ਪਰਮਾਤਮਾ ਦਾ ਰੂਪ ਹੈ ਦੂਜੀ ਗੱਲ ਕਦੇ ਰਤੀ ਭਾਰ ਵੀ ਝੂਠ ਨਾ ਬੋਲੀ ਤੀਜੀ ਗੱਲ ਉੱਠ ਤੇ ਬੈਠਦੇ ਖਾਂਦੇ ਪੀਂਦੇ ਉਸ ਪਰਮਾਤਮਾ ਦਾ ਨਾਮ ਲਵੀ ਚੌਥੀ ਗੱਲ ਹਮੇਸ਼ਾ ਇੱਕ ਦੇ ਲੜ ਲਾ ਕੇ ਰਹੀਂ ਉਸ ਪਰਮਾਤਮਾ ਦੀ ਸ਼ਰਨ ਹੋ ਜੀ ਪੰਜਵੀਂ ਗੱਲ ਜੋ ਸੰਤ ਫਕੀਰ ਕਹਿਣ ਉਹਨੂੰ ਹਮੇਸ਼ਾ ਤੂੰ ਉਸ ਗੱਲ ਨੂੰ ਮੰਨੇ ਸੰਤਾਂ ਨੇ ਕਿਹਾ ਤੂੰ ਕਦੇ ਨਹੀਂ ਟਾਲਣਾ ਕਿੰਦੇ ਜਦੋਂ ਇਹ ਗੱਲ ਸੁਣੀ ਤਾਂ ਰਾਜਾ ਉਸ ਤੋਂ ਬੜਾ ਪ੍ਰਭਾਵਿਤ ਹੋਇਆ ਰਾਜਾ ਕਿੰਦਾ ਪਿਛਲੇ ਜਿੰਨੇ ਸੰਤ ਸੀ ਸਭ ਨੇ ਇੱਕ ਇੱਕ ਗੱਲ ਦੱਸੀ ਇਹ ਸੰਤ ਫਕੀਰ ਨੇ ਚਾਰ ਉਹਨਾਂ ਵਰਗੀਆਂ ਗੱਲਾਂ ਪਰ ਪੰਜਵੀਂ ਗੱਲ ਹੋਰ ਦੱਸੀ ਇਹਨਾਂ ਪੰਜ ਗੱਲਾਂ ਦੱਸਿਆ ਨੇ ਮੈਂ ਆਪਣੇ ਪੁੱਤ ਨੂੰ ਇੰਨਾਂ ਕੋਲ ਹੀ ਛੱਡ ਕੇ ਜਾਵਾਂਗਾ ਉਹ ਬੜਾ ਪਰਸਾਨ ਹੋ ਗਿਆ ਘਰ ਗਿਆ ਕਹਿੰਦੇ ਰਾਤ ਨੂੰ ਰਾਣੀ ਨੂੰ ਗੱਲਾਂ ਦੱਸਣ ਲੱਗਾ ਕਹਿੰਦੇ ਉਹ ਸਮੇਂ ਜਿਹੜਾ ਚੋਰ ਸੀ ਉਹ ਫੇਰ ਬੂਏ ਦੇ ਪਿੱਛੇ ਲੁੱਕ ਕੇ ਖੜਾ ਸੀ ਕਹਿੰਦਾ ਰਾਣੀ ਅੱਜ ਮੈਂ ਗਿਆ ਸੀ ਜੰਗਲ 'ਚ ਉੱਥੇ ਚਾਰ ਨਹੀਂ ਪੰਜ ਰਾਜੇ ਪੰਜ ਜਿਹੜੇ ਸਨ ਸੰਤ ਫਕੀਰ ਸਨ ਪਹਿਲੇ ਇੱਕ ਸਾਰ ਚਾਰਾਂ ਸੰਤਾਂ ਨੇ ਮੈਨੂੰ ਇੱਕ-ਇੱਕ ਗੱਲ ਦੱਸੀ ਪਰ ਜਿਹੜੇ ਪੰਜਵੇਂ ਸੰਤ ਸੱਨਾ ਉਹਨਾਂ ਮੈਨੂੰ ਪੰਜ ਗੱਲਾਂ ਦੱਸਿਆ ਮੈਨੂੰ ਸਭ ਤੋਂ ਵੱਧ ਗਿਆਨ ਵਨ ਤੇ ਸਭ ਤੋਂ ਵੱਧ ਜਿਹੜੇ ਉਹਨਾਂ ਦੇ ਕੋਲ ਲੱਗਾ ਵੀ ਸੂਜਮਣ ਉਹੀ ਨੇ ਉਹੀ ਮੇਰੇ ਪੁੱਤ ਨੂੰ ਗਿਆਨ ਦੇਣਗੇ ਅਨੇਕਾ ਠੀਕ ਹੈ ਹੁਣ ਨਾ ਕਿਹਾ ਵੀ ਸਵੇਰ ਹੋਏਗੀ ਤੇ ਮੈਂ ਆਪਣੇ ਪੁੱਤ ਨੂੰ ਉਸ ਥਾਂ ਤੇ ਲੈ ਕੇ ਜਾਵਾਂਗਾ ਹੁਣ ਚੋਰ ਇਹ ਸਾਰੀ ਗੱਲ ਸੁਣਦਾ ਪਿਆ ਸੀ ਚੋਰ ਨੂੰ ਲੱਗਾ ਮੈਂ ਝੂਠ ਬੋਲਿਆ ਤੇ ਇੰਨੀ ਜ਼ਿਆਦਾ ਰਾਜੇ ਨੂੰ ਮੇਰੇ ਤੇ ਸ਼ਰਦਾ ਭਾਵਨਾ ਹੋਗੀ ਹੈ ਤੇ ਜੇ ਇੰਨਾ ਝੂਠ ਬੋਲਣ ਤੇ ਸ਼ਰਦਾ ਭਾਵਨਾ ਹੈ ਜੇ ਸੱਚ ਬੋਲਾਂ ਤੇ ਕਿੰਨੀ ਸ਼ਰਦਾ ਭਾਵਨਾ ਹੋ ਜੇਗੀ ਹੁਣ ਚੋਰ ਦੇ ਮਨ 'ਚ ਲਗਨ ਲੱਗੀ ਉਹ ਰਾਜੇ ਦੀ ਸ਼ਰਧਾ ਵੇਖਿਓ ਦਾ ਮਨ ਬਦਲ ਗਿਆ ਅਗਲੇ ਦਿਨੇ ਕਹਿੰਦੇ ਹੁਣ ਉਹ ਚਾਰ ਗੱਲਾਂ ਤੇ ਪਤਾ ਸੀ ਪੰਜਵੀਂ ਗੱਲ ਵੀ ਜੋ ਸੰਤ ਫਕੀਰ ਕਹਿਣੋ ਹਮੇਸ਼ਾ ਮੰਨਣੀ ਕਹਿੰਦੇ ਹੁਣ ਉਹ ਚਤਨ ਚ ਲਗਤੇ ਪਹਿਲਾਂ ਹੀ ਸੀ ਕਿਉਂਕਿ ਚੋਰ ਸੀ ਕਹਿੰਦੇ ਹੁਣ ਮਨ 'ਚ ਲਗਨ ਲੱਗੀ ਵੀ ਐਸਾ ਸੰਤ ਫਕੀਰ ਲੱਭਣਾ ਜੋ ਪੂਰਨ ਹੋਵੇ ਕਹਿੰਦੇ ਉਹ ਨਗਰ ਨਗਰ ਘੁੰਮਦਾਰਿਆ ਕੋਈ ਸੰਤ ਫਕੀਰ ਮਿਲਦਾ ਕਹਿੰਦੇ ਉਹਨਾਂ ਦੀ ਦੱਸਾਂ ਗੱਲਾਂ ਤੇ ਕਿੰਤੂ ਪਰੰਤੂ ਕਰਨ ਲੱਗ ਜਾਂਦਾ ਉਦੇ ਮਨ ਨੂੰ ਹਰ ਤੱਕ ਖੇਚਣਾ ਪਈ ਵੀ ਕੋਈ ਐਸਾ ਸੰਤ ਫਕੀਰ ਵੀ ਹੈ ਜੋ ਉਹਦੇ ਮਨ ਨੂੰ ਚੰਗੀ ਤਰ੍ਹਾਂ ਕਹਿੰਦੇ ਇਹ ਵੀ ਆਪਣੇ ਆਲ ਖੇਚਲੇ ਕਹਿੰਦੇ ਹਰ ਸਮੇਂ ਉਹਨੇ ਸੱਚ ਬੋਲਿਆ ਕਰਨਾ ਨਾ ਕਿਸਦਾ ਦਿਲ ਦੁਖਾਇਆ ਕਰਨਾ ਉੱਠਦੇ ਬੈਠਦੇ ਪਰਮਾਤਮਾ ਦਾ ਨਾਮ ਜਪਿਆ ਕਰਨਾ ਤੇ ਇੱਕ ਦਿਨ ਉਹਨੂੰ ਲੱਗਣ ਲੱਗੀ ਹੋਈ ਸੀ ਹੁਣ ਉਹ ਸੋਚਣ ਲੱਗਾ ਵੀ ਮੈਨੂੰ ਸੰਤ ਫਕੀਰ ਕਦੋਂ ਮਿਲਣਗੇ ਕਹਿੰਦੇ ਆ ਕਾਲਪੁਰਖ ਪਰਮਾਤਮਾ ਖੁਸ਼ ਹੋ ਕੇ ਨਾ ਸੰਤ ਫਕੀਰ ਦਾ ਰੂਪ ਧਾਰ ਕੇ ਤੇ ਉਹਦੇ ਸਾਹਮਣੇ ਆ ਗਏ ਉਹ ਜਾਣਦੇ ਅਸੀਂ ਤੇ ਰੁੱਖ ਦੇ ਥੱਲੇ ਬੈਠੇ ਆਵਾਜ਼ ਲਗਾਈ ਕਿੰਦੇ ਉਹਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੁਣ ਉਹਦੇ ਮਨ 'ਚ ਖੇਚ ਪਈ ਵੀ ਇਹ ਤੇ ਪੂਰਨ ਸੰਤ ਲੱਗਦੇ ਨੇ ਕਿੰਦੇ ਉਹਨਾਂ ਦੇ ਕੋਲ ਬੈਠ ਕੇ ਕਿੰਦੇ ਜੀ ਮੈਨੂੰ ਕੋਈ ਉਪਦੇਸ਼ ਦਿਵੋ ਜਿਸ ਦੇ ਨਾਲੇ ਜ਼ਿੰਦਗੀ ਸੋਰਜੇ ਤੇ ਜਿੰਨੂੰ ਮੈਂ ਇਹ ਉਪਦੇਸ਼ ਦਵਾਂ ਉਹਦੀ ਵੀ ਜ਼ਿੰਦਗੀ ਸੋਰਜੇ ਸੰਤ ਫਕੀਰ ਕਹਿਣ ਲੱਗੇ ਵੀ ਮੈਂ ਤੈਨੂੰ ਉਪਦੇਸ਼ ਤੇ ਜ਼ਰੂਰ ਦਵਾਂਗਾ ਜੀਨ altera ਕੀ ਜੋ ਜਿਸ ਨੂੰ ਦੱਸੇ ਕਰੇਗਾ ਉਹਦੀ ਵੀ ਜ਼ਿੰਦਗੀ ਬਤਲ ਜਾਏਗੀ ਪਰ ਉਹਦੇ ਤੋਂ ਪਹਿਲਾਂ ਮੈਨੂੰ ਨਾ ਕੁਝ ਚਾਹੀਦਾ ਤੇਰੇ ਤੋਂ ਕਹਿੰਦੇ ਜੀ ਦੱਸੋ ਕਹਿੰਦੇ ਮੈਨੂੰ ਨਾ ਉਹਦਾ ਸਿਰ ਚਾਹੀਦਾ ਜਿਨੇ ਕਦੇ ਕਿਸੇ ਦਾ ਦਿਲ ਨਾ ਦੁਖਾਇਆ ਹੋਵੇ ਕਹਿੰਦੇ ਜੀ ਠੀਕ ਹੈ ਕਹਿੰਦੇ ਦੂਜਾ ਸਿਰ ਚਾਹੀਦਾ ਜਿਨੇ ਰਤੀ ਭਾਰ ਵਿੱਚ ਝੂਠ ਨਾ ਬੋਲਿਆ ਹੋਵੇ ਤੀਜੀ ਗੱਲ ਮੈਨੂੰ ਤੀਜਾ ਸਿਰ ਚਾਹੀਦਾ ਜਿਹੜੇ ਉੱਠ ਤੇ ਬੈਠਦੇ ਪਰਮਾਤਮਾ ਦਾ ਨਾਮ ਲੈਂਦਾ ਹੋਵੇ ਤੇ ਚੌਥਾ ਸਿਰ ਉਹਦਾ ਚਾਹੀਦਾ ਹੈ ਜੋ ਇੱਕ ਪਰਮਾਤਮਾ ਦੇ ਸ਼ਰਨ ਦੇ ਵਿੱਚ ਲੱਗਿਆ ਹੋਵੇ ਉਹ ਕਹਿੰਦਾ ਇੱਡੀ ਗੋ ਗੱਲ ਮੈਂ ਹੁਣੇ ਤੁਹਾਡੇ ਕੋਲ ਲੈ ਕੇ ਆਇਆ ਉਹ ਸੋਚਣ ਲੱਗਾ ਵੀ ਇਹ ਚਾਰੇ ਤੇ ਇੱਕੋ ਥਾਂ ਤੇ ਬੈਠੇ ਨੇ ਸੰਤ ਪਕੀਰ ਮੈਂ ਇਹਨਾਂ ਕੋਲ ਗਿਆ ਤੇ ਚਾਰਾਂ ਦੇ ਸਿਰ ਲੈ ਕੇ ਤੇ ਆ ਜਾਵਾਂਗਾ ਇੰਨਾ ਸੋਚਦੇ ਸੋਚਦੇ ਅੱਧਾ ਪੈਂਡਾ ਤੈਅ ਕਰ ਲੈਂਦਾ ਫਿਰ ਮਨ 'ਚ ਸੋਚਦਾ ਹੈ ਵੀ ਮੈਂ ਤਾਂ ਆਪਣੇ ਆਪ ਨਾਲ ਵਾਅਦਾ ਕੀਤਾ ਹੋਇਆ ਹੈ ਵੀ ਕਦੇ ਕਿਸੇ ਦਾ ਦਿਲ ਨਹੀਂ ਦੁਖਾਵਾਂਗਾ ਤੇ ਮੈਂ ਤੇ ਉਹਨਾਂ ਦੇ ਸਿਰ ਲੈਣ ਚੱਲਾਂ ਹੋਇਆ ਮੈਂ ਫਿਰ ਇੱਕ ਹੀ ਮੇ ਹੋ ਸਕਦਾ ਵੀ ਮੈਂ ਤੇ ਇਹ ਕੰਮ ਨਹੀਂ ਕਰ ਸਕਦਾ ਪਰਤ ਕਿਤੇ ਵਾਪਸ ਉਸ ਰੋਖ ਦੇ ਥੱਲੇ ਆ ਜਾਂਦਾ ਕਿੰਦਾ ਸੰਤ ਫਕੀਰ ਜੀ ਮੈਂ ਇਹ ਕੰਮ ਨਹੀਂ ਕਰ ਸਕਦਾ ਸੰਤ ਫਕੀਰ ਕਹਿੰਦੇ ਫਿਰ ਤੇ ਨੂੰ ਮੌਕਤੀਸ਼ ਨਹੀਂ ਦੇ ਸਕਦਾ ਕਿ ਅਜੀ ਤੁਹਾਨੂੰ ਸੇਰੀ ਚਾਹੀਦੀ ਨੇ ਨਾ ਵੀ ਜਿਨੇ ਕਦੀ ਦੇਲ ਨਾ ਦੁਖਾਇਆ ਹੋਵੇ ਜੋ ਭਲਾ ਚਾਹੁੰਦਾ ਹੋਵੇ ਰਤੀ ਪਰ ਝੂਠ ਨਾ ਬੋਲੇ ਤੇ ਉਰਦਾ ਪੈੜ ਦਾ ਪਰਮਾਤਮਾ ਦਾ ਨਾਮ ਜਪੇ ਤੇ ਇੱਕ ਦੀ ਸ਼ਰਨ ਲੱਗਾ ਹੋਵੇ ਉਹਨਾਂ ਕਿ ਜੀ ਹਾਂ ਜੀ ਉਹਨਾਂ ਕਹੇ ਇਹ ਚਾਰੇ ਗੱਲਾਂ ਚੋਰ ਕਹਿੰਦਾ ਵੀ ਮੇਰੇ ਵਿੱਚ ਨੇ ਹੁਣ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਂਦਾ ਝੂਠ ਵੀ ਨਹੀਂ ਬੋਲਦਾ ਪਰਮਾਤਮਾ ਦਾ ਨਾਮ ਜਪਦਾ ਉਸ ਇਕਾ ਕਾਲਪੁਰਖ ਦੇ ਲੜ ਲੱਗ ਗਿਆ ਹੋਇਆ ਉਹਨਾਂ ਕਹੇ ਜੀ ਠੀਕ ਹੈ ਫਿਰ ਤੂੰ ਆਪਣਾ ਸਿਰ ਦੇ ਦੇ ਉਹ ਜਿਵੇਂ ਆਪਣਾ ਸਿਰ ਅਲੱਗ ਕਰਨ ਲੱਗਦਾ ਹੈ ਨਾ ਅਕਾਲਪੁਰ ਪਰਮਾਤਮਾ ਦੀ ਜੋਤ ਜਗ ਜਾਂਦੀ ਹੈ ਉੱਥੇ ਕਿੰਦੇ ਉਹ ਪ੍ਰਕਾਸ਼ ਨੂੰ ਕਹਿੰਦਾ ਕਿ ਅਸੀਂ ਤਾਂ ਸਿਰਫ ਤੇਰੀ ਪਰਖਿਆ ਲੈਣ ਆਏ ਸੀ ਉਹਨਾਂ ਕਿਹਾ ਜੋ ਇਹ ਚਾਰ ਗੱਲਾਂ ਮੰਨਦਾ ਤੇ ਪੰਜਵੀਂ ਗੱਲ ਸੰਤ ਫਕੀਰਾਂ ਦਾ ਕਿਹਾ ਕਦੀ ਨਹੀਂ ਟਾਲਦਾ ਉਹਨਾਂ ਦੇ ਘਰ ਆਪੇ ਸੁੱਖ ਸ਼ਾਂਤੀ ਵਾਤਾ ਤੇ ਬਰਕਤ ਵਾਸ ਕਰਦੀ ਏ ਇਹ ਪੰਜੀ ਗੱਲਾਂ ਨੇ ਜਿਨੇ ਜ਼ਿੰਦਗੀ ਵਿੱਚ ਧਾਰ ਲੀਆਂ ਉਹਦੇ ਘਰ ਹਰ ਚੀਜ਼ ਆ ਆ ਕੇ ਵਾਸ ਕਰੇਗੀ ਇਹ ਪੰਜ ਗੱਲਾਂ ਤੂੰ ਅੱਗੇ ਦਸ ਤੇਰਾ ਆਪੇ ਭਲਾ ਹੋ ਜਾਏਗਾ ਤੇ ਜੋ ਇਨਾਂ ਤੇ ਚੱਲੇਗਾ ਉਹਦੇ ਘਰ ਸੁੱਖ ਤੇ ਸਮ੍ਰਿਤੀ ਆਪੇ ਆ ਕੇ ਵਾਸ ਕਰੇਗੀ ਕਹਿੰਦੇ ਇੰਨਾ ਕਹਿ ਕੇ ਉਹ ਅਕਾਲ ਪੁਰਖ ਦੀ ਜੋਤ ਉਹ ਤੋਂ ਚਲੇਗੀ ਕਿੰਦੇ ਹੁਣ ਉਹ ਹਰ ਇੱਕ ਨੂੰ ਇਹੀ ਜਿਹੜਾ ਸੀ ਉਪਦੇਸ਼ ਦੇਣ ਲੱਗਾ ਕਿੰਦੇ ਇਸ ਤਰ੍ਹਾਂ ਉਹਨੇ ਆਪਣਾ ਤੇ ਭਲਾ ਕੀਤਾ ਹੀ ਕੀਤਾ ਉਹ ਚੋਰ ਦਾ ਆਪਣਾ ਤੇ ਮਨ ਬਦਲਿਆ ਬਦਲਿਆ ਉਹਨੇ ਹਜ਼ਾਰਾਂ ਲੋਕਾਂ ਦਾ ਭਲਾ ਕੀਤਾ ਇਸ ਤਰ੍ਹਾਂ ਜੇਕਰ ਆਪਾਂ ਵੀ ਇਹ ਪੰਜ ਗੱਲਾਂ ਮੰਨਦੇ ਆ ਤਾਂ ਪਰਮਾਤਮਾ ਆਪਣੇ ਤੇ ਮਿਹਰ ਭਰਿਆ ਹੱਥ ਰੱਖਦੇ ਨੇ ਤੇ ਹਮੇਸ਼ਾ ਉਸ ਦੇ ਘਰ ਬਰਕਤਾਂ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਆਪਣੀ ਮਾਂ ਦੇ ਨਾਲ ਰਿਹਾ ਕਰਦਾ ਪਿਓਰ ਕਾਲ ਚਲਾ ਨਹੀਂ ਕਰਕੇ ਆ ਹੁੰਦਾ ਕਿੰਦੇ ਮਾਈਨਾ ਆਪਣੇ ਪੁੱਤ ਨੂੰ ਹੌਲੀ-ਹੌਲੀ ਵੱਡਾ ਕਰਦੀ। ਕਹਿੰਦੇ ਪੁੱਤ ਜਦੋਂ ਵੱਡਾ ਹੋ ਜਾਂਦਾ ਨਾ ਆਪਣੀ ਮਾਂ ਨੂੰ ਕਹਿੰਦਾ ਮਾਂ ਮੈਂ ਕੋਈ ਵਪਾਰ ਜਾਂ ਕੋਈ ਕੰਮ ਕਰਨਾ ਚਾਹੁੰਨਾ। ਉਹਦੀ ਮਾਂ ਕਹਿੰਦੀ ਪੁੱਤ ਤੂੰ ਆਪਣੇ ਇੱਥੇ ਹੀ ਕਰ ਲੈ ਕੁਝ। ਕਹੈ ਨਹੀਂ ਮਾਂ ਮੈਂ ਦੂਰ ਦਰਾਂਡੇ ਜਾ ਕੇ ਕੁਝ ਸਿੱਖ ਕੇ ਤੇ ਨਵਾਂ ਕੁਝ ਕਰਨਾ ਚਾਹੁੰਨਾ। ਮਾਂ ਨੇ ਕਿਹਾ ਠੀਕ ਹੈ। ਕਹਿੰਦੇ ਪਿਤਾ ਜੀ ਨੇ ਮੇਰੇ ਲਈ ਕੁਝ ਛੱਡਿਆ ਨਹੀਂ। ਕਹਿੰਦੀ ਹਾਂ ਤੇਰੇ ਪਿਤਾ ਜੀ ਨੇ ਨਾ ਤੇਰੇ ਲਈ 4 ਸੋਨੇ ਦੀਆਂ ਮੋਹਰਾਂ ਛੱਡ ਕੇ ਗਏ ਨੇ। ਉਨੇ 4 ਸੋਨੇ ਦੇ ਮੋਹਰੇ ਉਹਦੇ ਤਲੀ ਤੇ ਰੱਖਤੀ ਹੈ ਹੁਣ ਉਹ 4 ਸੋਨੇ ਦੀਆਂ ਮੋਹਰੇ ਲੈ ਕੇ ਤੇ ਜਾਂਦਿਆ ਘਰੋ ਚੱਲਾ ਗਿਆ ਤੁਰਦੇ ਤੁਰਦੇ ਨਾਲ ਰਾਹ ਦੇ ਵਿੱਚ ਦੇਖਦਾ ਇੱਕ ਥਾਂ ਤੇ ਇੱਕ ਸੰਤ ਫਕੀਰ ਬੈਠ ਕੇ ਤੇ ਨਾਮ ਜਪਦੇ ਨੇ ਕੁਝ ਸਮਾਂ ਉਹਨਾਂ ਦੇ ਕੋਲ ਬੈਠ ਜਾਂਦਾ ਜਦੋਂ ਉਹਨਾਂ ਕੋਲ ਬੈਠਦੇ ਤੇ ਕਹਿੰਦੇ ਸੰਤ ਜੀ ਕੋਈ ਐਸੀ ਗੱਲ ਦੱਸੋ ਵਪਾਰ ਕਰਨ ਚੱਲਾਵਾਂ ਤੇ ਉਸੇ ਕਾਮਯਾਬ ਹੋ ਕੇ ਵਾਪਸ ਆਵਾਂ ਸੰਤ ਫਕੀਰ ਕਹਿੰਦੇ ਵੀ ਠੀਕ ਹੈ ਪਰ ਤੈਨੂੰ ਹਰੇਕ ਗੱਲ ਦੇ ਪੱਤੇ ਇੱਕ ਸੋਨੇ ਦੀ ਮੋਹਰ ਦੇਣੀ ਪਵੇਗੀ ਉਹਨੇ ਕਿਹਾ ਜੀ ਠੀਕ ਹੈ ਸੰਤ ਫਕੀਰ ਕਹਿੰਦੇ ਪਹਿਲੀ ਗੱਲ ਹਮੇਸ਼ਾ ਯਾਦ ਰੱਖੀ ਇੱਕ ਤੋਂ ਭਲੇ ਦੋ ਹੁੰਦੇ ਨੇ ਉਹ ਇੱਕ ਸੋਨੇ ਦੀ ਮੋਹਰ ਸੰਤ ਫਕੀਰ ਜੀ ਤੇ ਅਕੇ ਰੱਖ ਦਿੰਦਾ ਸੰਜੀ ਨੂੰ ਕਹਿੰਦਾ ਹੋਰ ਦੱਸੋ ਸੰਤ ਫਕੀਰ ਕਹਿੰਦੇ ਜੋ ਵੀ ਖਾਂ ਹਮੇਸ਼ਾ ਦੇਖਭਾਲ ਕੇ ਖਾਂ ਉਹ ਦੂਜੀ ਸੋਨੇ ਦੀ ਮੋਹਰ ਰੱਖ ਦਿੰਦੇ ਤੀਜੀ ਗੱਲ ਸੰਤ ਫਕੀਰ ਕਹਿੰਦੇ ਕਰ ਤੋ ਵੀ ਮੀਲ ਤੁਰ ਕਦੇ ਵੀ ਹੋਵੇ ਤੇ ਕਿਸੇ ਦਾ ਯਕੀਨ ਨਾ ਕਰੀ। ਉਹ ਤੀਜੀ ਮੋਰਾ ਕਹਿੰਦੇ ਚੌਥੀ ਗੱਲ ਕਹਿੰਦੇ ਜਦੋਂ ਵੀ ਸੋਵੇ ਹਮੇਸ਼ਾ ਪਾਸਾ ਮਾਰ ਕੇ ਤੇ ਛਾੜ ਕੇ ਦੇਖ ਕੇ ਮੰਜਾ ਫੇਰੀ ਸੋਈ। ਉਹ ਕਹਿੰਦੇ ਠੀਕ ਹੈ। ਇਸ ਤਰ੍ਹਾਂ ਚਾਰੇ ਮੋਰਾ ਉਹ ਸੰਤ ਫਕੀਰ ਨੂੰ ਰੱਖ ਕੇ ਤੇ ਚਲਾ ਜਾਂਦਾ। ਹੁਣ ਸੋਚਦਾ ਵਪਾਰ ਕਰਨਾ ਸੀ ਹੁਣ ਤੇ ਪੱਲੇ ਕੱਖ ਵੀ ਨਹੀਂ ਬਚਿਆ। ਹੁਣ ਤੁਰਦਾ ਤੁਰਦਾ ਤੁਰੇ ਜਾਂਦੇ। ਅਜ਼ਾਦੀ ਵਿੱਚ ਨਾ ਇੱਕ ਕਛੂ ਕੁਮਾ ਉਹਦੇ ਨਾਲ-ਨਾਲ ਤੁਰਨ ਲੱਗ ਜਾਂਦਾ। ਉਹ ਸੋਚਦਾ ਵੀ ਸੰਤ ਫਕੀਰ ਜੀ ਨੇ ਕਿਹਾ ਇੱਕ ਤੋਂ ਭਲੇ ਦੋ ਉਹ ਕਛੂ ਕੁਮੇ ਨੂੰ ਚੋਕੇ ਦੇ ਨਾਲ ਰੱਖ ਲੈਂਦਾ। ਕਹਿੰਦੇ ਹੌਲੀ-ਹੌਲੀ ਹੁਣ ਦੋਵੇਂ ਜਣੇ ਸਫ਼ਰ ਤੈਅ ਕਰੀ ਜਾਂਦੇ ਨੇ। ਕਹਿੰਦੇ ਹੁਣ ਤੁਰਦੇ-ਤੁਰਦੇ ਨੂੰ ਵਾਵਾ ਟਾਈਮ ਹੋ ਗਿਆ ਸੀ। ਤਿੱਖੜ ਦੁਪਹਿਰ ਹੋ ਗਈ ਸੀ। ਕਹਿੰਦੇ ਰੁੱਖ ਦੇ ਥੱਲੇ ਆਰਾਮ ਕਰਨ ਲੱਗੇ। ਉਹਨੇ ਜੋ ਕਛੂ ਕੁਮਾ ਸੀ ਉਹਨੂੰ ਰੁੱਖ ਦੀ ਟਾਣੀ ਦੇ ਉੱਤੇ ਬਿਠਾ ਦਿੱਤਾ। ਕਹਿੰਦੇ ਹੁਣ ਨਾ ਉਹ ਜਿਹੜਾ ਰੁੱਖ ਸੀ ਉਹਦੇ ਉੱਤੇ ਕਾਂ ਰਹਾ ਕਰਦਾ ਸੀ ਤੇ ਉਹਦੀ ਜੜ ਦੇ ਵਿੱਚ ਕਹਿੰਦੇ ਇੱਕ ਸੱਪ ਰਹਾ ਕਰਦਾ ਸੀ ਉਸ ਸੱਪ ਤੇ ਕਾਂ ਦੀ ਆਪਸ ਵਿੱਚ ਗਹਿਰੀ ਦੋਸਤੀ ਸੀ ਜਦੋਂ ਕੋਈ ਰਾਹੀ ਉੱਥੇ ਆ ਕੇ ਆਰਾਮ ਕਰਦਾ ਕਾਂ 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 ਕਰਕੇ ਕਰ ਲਾਨ ਲੱਗ ਜਾਂਦਾ ਸੱਪ ਬਾਹਰ ਆ ਕੇ ਤੇ ਸਾਹ ਪੀ ਜਾਂਦਾ ਜਿਹੜਾ ਕਾਂ ਸੀ ਉਹਦੀਆਂ ਅੱਖਾਂ ਕੱਢ ਖਾ ਲੈਂਦਾ ਕਹਿੰਦੇ ਹੁਣ ਜਦੋਂ ਉਹ ਥੱਲੇ ਬੈਠਾ ਆਰਾਮ ਕਰਨ ਲੱਗਾ ਇੰਨੇ ਨੂੰ ਕਹਿੰਦੇ ਕਾਂ ਨੇ ਕਰ ਲਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਉਹ ਤੇ ਖੋਡ ਚੋਂ ਸੱਪ ਬਾਹਰ ਆਇਆ ਤੇ ਆ ਕੇ ਉਹਦੇ ਜਿਹੜਾ ਸੀ ਉਹ ਗਰੀਬ ਮਨੁੱਖ ਵਿਚਾਰੇ ਦੇ ਸਾ ਪੀ ਕੇ ਤੇ ਸੱਪ ਚਲਾ ਗਿਆ ਕਾਂ ਜੀ ਨੇ ਅੱਖਾਂ ਕੱਢਣ ਬਾਰੇ ਉੱਡਣ ਲੱਗਾ ਕੱਚੂ ਕੁੰਮੀ ਨੇ ਕਾਂ ਨੂੰ ਦੇਖ ਲਿਆ ਸੀ ਉਹਨੇ ਉਹਦੀ ਗਰਦਨ ਆਪਣੇ ਮੂੰਹ ਚ ਪਾ ਲਈ ਕਹਿੰਦੇ ਕੋਈ ਸਮਾਂ ਕਾਂ ਨੇ ਬੜੀਆਂ ਮਿੰਤਾ ਕੀਤੀਆਂ ਵੀ ਛੱਡ ਦੇ ਉਹਨੇ ਕਿਹਾ ਪਹਿਲਾਂ ਮੇਰਾ ਜਿਹੜਾ ਇਹ ਸਾਥੀ ਹੈ ਨਾ ਇਹਦੇ ਸਵਾਸ ਜਿਹੜੇ ਨੇ ਉਹ ਵਾਪਸ ਕਰੋ ਫੇਰ ਮੈਂ ਤੈਨੂੰ ਛੱਡ ਦਾਂਗਾ ਕਾਂ ਜ਼ੋਰ-ਜ਼ੋਰ ਕੇ ਕਰਲਾਂ ਲੱਗਾ ਸੱਪ ਫੇਰ ਬਾਹਰ ਆ ਗਿਆ ਸੱਪ ਨੇ ਪੁੱਛਿਆ ਵੀ ਤੈਨੂੰ ਕੀ ਹੋਇਆ ਉਹਨੇ ਕਿਹਾ ਵੀ ਛੇਤੀ ਨਾਲ ਇਹ ਮਨੁੱਖ ਦੇ ਸਵਾਸ ਜਿਹੜੇ ਨੇ ਨਾ ਉਹ ਤੋਂ ਵਾਪਸ ਕਰ ਦੇ ਨਹੀਂ ਤਾਂ ਇਹਨੇ ਮੇਰੀ ਜਾਨ ਲੈ ਲੈਣੀ ਹੈ ਇੱਕ ਦਿਨ ਕੁਝ ਨਹੀਂ ਹੁੰਦਾ ਆਪਾਂ ਕੱਲ ਨੂੰ ਹੋਰ ਕੋਈ ਲੱਭ ਲਾਂਗੇ ਉਹਨੇ ਛੇਤੀ ਦੇ ਨਾਲ ਉਹਦੇ ਜਿਹੜੇ ਸਵਾਸ ਵਾਪਸ ਕਰ ਦਿੱਤੇ ਕਹਿੰਦੇ ਕਾਂ ਉੱਥੋਂ ਉੱਡ ਗਿਆ ਤੇ ਸੱਪ ਵੀ ਉੱਥੋਂ ਚਲਾ ਗਿਆ ਹੁਣ ਕਛੂਕੂ ਨੇ ਸਾਰੀ ਗੱਲ ਉਹਨੂੰ ਦਸੀ। ਹੁਣ ਸੰਤ ਫਕੀਰ ਦਾ ਸ਼ੁਕਰਾਨਾ ਕਰਨ ਲੱਗਾ ਵੀ ਉਹਨਾਂ ਦੀ ਗੱਲ ਕਰਕੇ ਮੇਰੀ ਜਿਹੜੀ ਜਾਨ ਬਚ ਗਈ। ਕਹਿੰਦੇ ਤੁਰਦੇ ਤੁਰਦੇ ਨਾ ਕਿ ਇੱਕ ਦਰਿਆ 'ਚ ਆਇਆ ਤੇ ਉਹ ਕਛੂਕੂ ਕਮ ਨੇ ਉਹ ਚ ਸਾਠ ਵੀ ਰੱਖ ਦਿੱਤਾ ਤੇ ਆਪ ਅੱਗੇ ਚਲਾ ਗਿਆ। ਹੁਣ ਤੁਰਦੇ ਤੁਰਦੇ ਨਾ ਅੱਗੇ ਇੱਕ ਨਗਰ ਹੁੰਦਾ। ਕਹਿੰਦੇ ਨਗਰ 'ਚ ਬਾੜੀਆਂ ਸਾਰੀ ਇਹਨਾਂ ਨਗਰ ਨਾਲ ਠੱਗਾਂ ਦਾ ਹੁੰਦਾ। ਉਤੇ ਬੜੇ سارے ਮਨੁੱਖ ਵੜਦਿਆਂ ਸਾਰੀ ਉਹਨੂੰ ਕੋਈ ਆਪਣੇ ਘਰ ਲੈ ਕੇ ਜਾਂਦਾ ਕਿੰਦੇ ਤੇਰੇ ਪਿਤਾ ਜੀ ਸਾਡੇ ਰਿਸ਼ਤੇਦਾਰ ਚੰ ਦੂਜਾ ਕਹਿੰਦਾ ਸਾਡੇ ਕਿੰਦੇ ਇੱਕ ਜਣੇ ਉਹਨੂੰ ਆਪਣੇ ਘਰ ਲੈ ਕੇ ਤੇ ਚਲੇ ਗਏ ਕਿੰਦੇ ਹੁਣ ਉਹ ਉਹਨਾਂ ਦੇ ਜਾਲ ਚ ਫਸ ਗਿਆ ਵਿਚਾਰਾ ਭੂਲਾ ਪਾਲਾ ਸੀ ਲਾ ਜਾ ਕੇ ਤੇ ਇੱਕ ਥਾਲੀ ਚ ਬੜੇ ਤਰ੍ਹਾਂ ਦੇ ਪਕਵਾਨ ਪਾ ਕੇ ਤੇ ਰੱਖ ਦਿੱਤੇ ਕਹਿੰਦਾ ਜੀ ਖਾਓ ਅਸੀਂ ਤੁਹਾਡੇ ਲਈ ਸਾਰਾ ਕੁਝ ਬਣਾਇਆ ਸੀ ਤੁਹਾਡੇ ਪਿਤਾ ਜੀ ਸੀ ਤੁਹਾਡੇ ਨਗਰ ਜਾਂਦੇ ਸਨ ਸਾਨੂੰ ਖਵਾਉਂਦੇ ਸਨ ਹੁਣ ਤੁਸੀਂ ਤੁਸੀਂ ਆਇਓ ਤੇ ਤੁਸੀਂ ਖਾਓ ਉਹ ਵਿਚਾਰਾ ਖਾਣ ਲੱਗਦਾ ਇੰਨੇ ਨੂੰ ਸੰਤ ਫਕੀਰ ਜੀ ਦੀ ਗੱਲ ਚੇਤਾ ਆ ਜਾਂਦੀ ਹੈ ਜਿੱਥੇ ਵੀ ਜਾਓ ਜੋ ਵੀ ਖਾਓ ਹਮੇਸ਼ਾ ਦੇਖਭਾਲ ਕੇ ਖਾਓ ਉਹਨੇ ਕਿਆ ਵੀ ਯਾਦ ਆ ਗਿਆ ਹੁਣ ਕੋਲ ਕੋਈ ਨਹੀਂ ਸੀ ਇੱਕ ਛੋਟੀ ਜੀ ਬਿੱਲੀ ਕਦੀ ਟੱਪ ਇਧਰ ਤੇ ਕਦੀ ਟੱਪ ਉਧਰ ਜਾਏ ਜਾਂਦੀ ਉਹ ਰੋਟੀ ਦਾ ਟੁਕੜਾ ਥੋੜੀ ਥੋੜੀ ਸਬਜੀ ਸਾਰਾ ਕੁਝ ਲਾ ਨਾ ਉਹਦੇ ਅੱਗੇ ਰੱਖ ਦਿੰਦਾ ਖਾਂਦਿਆ ਸਾਰ ਤੇ ਵਿਚਾਰੀ ਲਾਮਲੇਟ ਹੋ ਗਈ ਕਹਿੰਦੇ ਹੁਣ ਜਦੋਂ ਉਹ ਬਿੱਲੀ ਨੂੰ ਬੂਹੇ ਦੇ ਪਿੱਛੇ ਕਰਕੇ ਤੇ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਨਾ ਅੱਜ ਪ੍ਰਸ਼ਾਦੇ ਦੀ ਭੁੱਖ ਨਹੀਂ ਮੈਂ ਖਾ ਨਹੀਂ ਸਕਦਾ ਉਹ ਕਹਿੰਦੇ ਠੀਕ ਹੈ ਉਹਨੂੰ ਨਾ ਇੱਕ ਕਮਰੇ ਦੇ ਵਿੱਚ ਲੈ ਜਾਂਦੇ ਉਹ ਕਮਰੇ ਦੇ ਵਿੱਚ ਲੈ ਜਾ ਕੇ ਤੇ ਉਹਨੂੰ ਕਿਹਾ ਵੀ ਤੁਸੀਂ ਨਾ ਇੱਥੇ ਆਰਾਮ ਕਰ ਲਓ ਹੁਣ ਸੰਤ ਫਕੀਰ ਦੀ ਉਹਨੂੰ ਗੱਲ ਯਾਦ ਸੀ ਘਰ ਤੋਂ 20 ਮੀਲ ਦੂਰ ਹੋਵੋ ਕਦੇ ਕਿਸੇ ਤੇ ਯਕੀਨ ਨਾ ਕਰੋ ਉਹ ਕਮਰੇ 'ਚ ਜਾਣ ਤੋਂ ਪਹਿਲਾਂ ਸਾਰੀ ਚੀਜ਼ਾਂ ਦੀ ਭੜ ਵੀ ਇੱਕ ਵਾਰੀ ਦੇਖਦੇ ਆ ਉਹਨੂੰ ਸਭ ਕੁਝ ਠੀਕ ਲੱਗਦਾ ਇੰਨੇ ਨੂੰ ਉਹਨੂੰ ਕਹਿੰਦੇ ਵੀ ਆ ਜਿਹੜਾ ਬਿਸਤਰ ਹੈ ਨਾ ਤੁਹਾਡੇ ਲਈ ਏ ਤੇ ਤੁਸੀਂ ਇੱਥੇ ਸੋਜੋ ਅੱਜ ਉਹ ਕਹਿੰਦਾ ਠੀਕ ਹੈ ਜਦੋਂ ਬਿਸਤਰ ਦੇ ਕੋਲ ਜਾਂਦੇ ਆ ਸੰਤ ਫਕੀਰ ਜੀ ਦੀ ਗੱਲ ਯਾਦ ਆ ਜਾਂਦੀ ਜਦੋਂ ਜਿੱਥੇ ਜਾਵੇਂ ਹਮੇਸ਼ਾ ਆਸਾ ਪਾਸਾ ਮਾਰ ਕੇ ਸੋਵੇਂ ਤੇ ਝਾੜ ਪੁੰਝ ਕੇ ਸੋਵੇਂ ਮੰਜਾ ਝਾੜ ਕੇ ਸੋਵੇਂ ਜਿਵੇਂ ਮੰਜਾ ਝਾੜਨ ਲੱਗਦਾ ਉੱਤੇ ਤੇ ਰੇਸ਼ਮੀ ਚਾਦਰ ਵਿਛੀ ਹੋਈ ਸੀ ਬੜਾ ਸੋਹਣਾ ਲੱਗਦਾ ਪਿਆ ਸੀ ਔਰ ਥੱਲੇ ਦੇਖਦੇ ਨੇ ਤੇ ਬੜੇ ਵੱਡੀ ਇੱਕ ਹਨੇਰ ਖੂਈ ਜਿ ਨੂੰ ਲਾਲੋ ਐਵੇਂ ਦੀ ਚੀਜ਼ ਸੀ ਉਹਨੇ ਚਿੱਟੀ ਨਾਲ ਚਾਦਰ ਉਵੇਂ ਵਿਛਾਈ ਪਾਸੇ ਇੱਕ ਟੁੱਟੀ ਕੁਰਸੀ ਪਈ ਸੀ ਤੇ ਉਹਦੇ ਤੇ ਬੈਠ ਗਿਆ ਹੁਣ ਉਹ ਸੇਟਤੀ ਜਿਹੜੀ ਉਹ ਜਾਦੂਗਰ ਸਨ ਜਾਂ ਠੱਗ ਸਨ ਉਹਦੀ ਕੁੜੀ ਆਈ ਉਹਨੇ ਕਿਹਾ ਵੀ ਇੱਥੇ ਸੋ ਜਾ ਉਹ ਨਾ ਸੁੱਤਾ ਹੁਣ ਨਾ ਉਹ ਬੜੀ ਜਿਆਦੀ ਉਹਨੇ ਬੜੀਆਂ ਮਿੰਤਾ ਕੀਤੀਆਂ ਪਰ ਉਹ ਸਾਰੀ ਮਿੰਤਾ ਤੋਂ ਪਾਰ ਹੋ ਗਿਆ ਕਿੰਨੇ ਇੰਨੇ ਨੋਸ ਠੱਗ ਦੇ ਜਿਹੜੀ ਸਭ ਤੋਂ ਛੋਟੀ ਕੁੜੀ ਸੀ ਨਾ ਉਹ ਰਾਤ ਦੇ ਅੱਧੇ ਪਹਿਰ ਨੂੰ ਉਹਦੇ ਕੋਲ ਆਇਆ ਉਹਨੇ ਕਿਹਾ ਸਾਡਾ ਨਗਰ ਨਾ ਠੱਗਾਂ ਦਾ ਇਹ ਹਰ ਇੱਕ ਨੂੰ ਠੱਗਦੇ ਨੇ ਕਹਿੰਦੇ ਸਾਰਿਆਂ ਕੋਲ ਐਸੇ ਦੀ ਵਿਦਿਆ ਕਲਾ ਹੈ ਇਹ ਬਹੁਤ ਸਾਰੀ ਚੀਜ਼ਾਂ ਨੂੰ ਜਾਣ ਲੈਂਦੇ ਨੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੇਰੇ ਅੰਦਰ ਨਾ ਐਸੇ ਪੰਜ ਲਾਲ ਨੇ ਜੋ ਬੇਸ਼ਕੀਮਤੀ ਨੇ ਤੇ ਇਹ ਇਸ ਕਰਕੇ ਤੇਰੇ ਪ੍ਰਾਨ ਲੈਣਾ ਚਾਹੁੰਦੇ ਨੇ ਜੇ ਹੋ ਸਕੇ ਤਾਂ ਇੱਥੋਂ ਤੂੰ ਨੱਸ ਜਾ ਉਹ ਕਹਿੰਦਾ ਵੀ ਜਾਵਾ ਕਿਵੇਂ ਕਹਿੰਦੇ ਸਾਡੇ ਜਿਹੜਾ ਬਾੜਾ ਹੈ ਨਾ ਉੱਥੇ ਦੋ ਘੋੜੇ ਬੰਨੇ ਨੇ ਇੱਕ ਘੋੜਾ 100 ਮੀਲ ਜਾਂ 60 ਮੀਲ ਚੱਲਦਾ ਤੇ ਫਿਰ ਬਹਿ ਜਾਂਦਾ ਤੇ ਦੂਜਾ ਥੋੜੀ ਦੂਰੀ ਚੱਲਦਾ ਤੇ ਬਹਿ ਜਾਂਦਾ ਉਹ ਜਾ ਕੇ ਤੇ ਉਹਦੇ ਉੱਤੇ ਬਹਿ ਜਾਂਦਾ ਹੁਣ ਉਹ ਕਹਿੰਦੀ ਵੀ ਮੈਂ ਵੀ ਇਸ ਸਭ ਤੋਂ ਬਾਹਰ ਜਾਣਾ ਚਾਹਨੀ ਐ ਉਹ ਉਹਨੂੰ ਵੀ ਲੈ ਕੇ ਤੇ ਚਲਾ ਜਾਂਦਾ ਗਲਤੀ ਨਾਲ ਘੋੜਾ ਦੂਜਾ ਉਹ ਰੱਖ ਲੈਂਦਾ ਹੁਣ ਤੁਰਦੇ ਜਦੋਂ ਘੋੜਾ ਇੱਕ ਥਾਂ ਤੇ ਜਾ ਕੇ ਬਹਿ ਜਾਂਦਾ ਹੁਣ ਜਦੋਂ ਭਰਾ ਨੂੰ ਉਹਨਾਂ ਨੂੰ ਪਤਾ ਲੱਗਾ ਤੇ ਦੂਜਾ ਘੋੜਾ ਲੈ ਕੇ ਤੇ ਚਲੇ ਗਏ ਕਿੰਨੇ ਜਦੋਂ ਗਏ ਤੇ ਉਹ ਕਿੰਦੀ ਵੀ ਹੁਣ ਇੰਨੇ ਤੇ ਉੱਠਣਾ ਨਹੀਂ ਇਸ ਘੋੜੇ ਨੇ ਤੂੰ ਐਵੇਂ ਕਰ ਤੂੰ ਰੋਖ ਦੇ ਉੱਤੇ ਜਾ ਕੇ ਤੇ ਬੈਠ ਜਾ ਤੇ ਜਦੋਂ ਮੇਰਾ ਭਰਾ ਆਏਗਾ ਤੇ ਫਿਰ ਮੈਂ ਉਹਨੂੰ ਦੱਸੂਗੀ ਨਹੀਂ ਪਰ ਜਦੋਂ ਦਾ ਭਰਾ ਕੋਲੋਂ ਤੇ ਤੇ ਉਹ ਤੇ ਰੋਕ ਉਰ ਲਾ ਕੇ ਸੱਚੀ ਹੋ ਜਾਂਦੀ ਵੀ ਇਹ ਤਾਂ ਮੈਨੂੰ ਨਾਲ ਲੈ ਕੇ ਆਇਆ ਸੀ ਇੰਨੇ ਮੈਨੂੰ ਸਾਰਾ ਕੁਝ ਕੀਤਾ ਹੁਣ ਉਹ ਜਾਣ ਗਿਆ ਸੀ ਸੰਤ ਫਕੀਰ ਨੇ ਕਿਹਾ ਸੀ ਵੀ ਘਰ ਤੋਂ ਦੂਰ ਜਦੋਂ ਇੰਨੇ ਦੂਰੀ ਹੋਵੇ ਕਿਸੇ ਦਾ ਯਕੀਨ ਨਾ ਕਰੀਂ ਉੱਪਰ ਲਈ ਤਿਆਰੀ ਬਰ ਤਿਆਰੀ ਬੈਠਾ ਸੀ ਜਿਵੇਂ ਹੀ ਉਹਦੇ ਆਉਣ ਲੱਗਾ ਉਹ ਜਿਹੜਾ ਘੋੜਾ ਸੀ ਉਹ ਰੁਕ ਤੇ ਥੱਲੇ ਖੜਾ ਸੀ ਉਤੇ ਛਾਲ ਮਾਰ ਤੇ ਉੱਥੋਂ ਚਲਾ ਗਿਆ ਹੁਣ ਉਹ ਮਾਨੀ ਮਾਨ ਸੋਚਣ ਲੱਗਾ ਕਿ ਸੰਤ ਫਕੀਰ ਜੀ ਨੇ ਮੈਨੂੰ ਉਹ ਚਾਰ ਗੱਲਾਂ ਦੱਸੀਆਂ ਸਨ ਤੇ ਉਹ ਚਾਰ ਗੱਲਾਂ ਦੇ ਬੱਲੇ ਜਿਹੜਾ ਮੇਰਾ ਜੀਵਨ ਵੀ ਬਚ ਗਿਆ ਪਰ ਜ਼ਿੰਦਗੀ 'ਚ ਕਦੀ ਸੰਤ ਫਕੀਰ ਮਿਲੇ ਨਾ ਤੇ ਮੈਂ ਉਹਨਾਂ ਨੂੰ ਜ਼ਰੂਰ ਪੁੱਛਾਂਗਾ ਵੀ ਤੁਸੀਂ ਇਹ ਗੱਲਾਂ ਮੈਨੂੰ ਉਂਝ ਵੀ ਦੱਸ ਸਕਦੇ ਸੀ ਪਰ ਇਹਦੇ ਬਦਲੇ ਤੁਸੀਂ ਮੇਰੇ ਤੋਂ 4 ਮੋਹਰੇ ਕਿਉਂ ਲਈਆਂ ਤੇ ਮੈਂ ਤੇ ਇਹਨਾਂ ਦਾ ਵਪਾਰ ਕਰਨਾ ਸੀ ਤੇ ਮੇਰੇ ਕੋਲ ਤੇ ਕੱਖ ਨਹੀਂ ਰਿਆ ਹੁਣ ਉਹ ਜਾਂਦਾ ਜਾਂਦਾ ਉਸੇ ਰਾਤ ਨੂੰ ਸੰਤ ਫਕੀਰ ਮਿਲਦੇ ਨੇ ਉਸ ਸੰਤ ਫਕੀਰ ਜੀ ਦੇ ਕੋਲ ਗਿਆ ਕਿ ਆ ਸੰਤ ਜੀ ਵੀ ਤੁਸੀਂ ਨਾ ਮੈਨੂੰ ਗੱਲਾਂ ਤਾਂ ਦੱਸੀਆਂ ਉਹ ਨਾਲ ਮੇਰੀ ਜ਼ਿੰਦਗੀ ਵੀ ਬਚੀ ਪਰ ਤੁਸੀਂ ਇਹਦੇ ਬਦਲੇ ਮੋਹਰੇ ਕਿਉਂ ਲਿਆ ਵੀ ਤੁਸੀਂ ਤੇ ਸੰਤ ਫਕੀਰੋ ਸંત ਫਕੀਰ ਜੀ ਨੇ ਕਿਹਾ ਵੀ ਦੇਖ ਜੇਕਰ ਤੈਨੂੰ ਗੱਲਾਂ ਮੈਂ ਉਂਝੀ ਦੱਸ ਦਿੰਦਾ ਨਾ ਤਾਂ ਤੂੰ ਇਹਨਾਂ ਤੇ ਅਮਲ ਨਹੀਂ ਸੀ ਕਰਨਾ ਜਦੋਂ ਆਪਾਂ ਨੂੰ ਕਿਸੇ ਫਰੀਖਾਤੇ ਜਾਂ ਫਰੀਚ ਮੁਕਤ ਚ ਕੋਈ ਗੱਲ ਦੱਸਦੇ ਨੇ ਤੇ ਉਸ ਤੇ ਅਮਲ ਨਹੀਂ ਕਰਦਾ ਜਦੋਂ ਆਪਾਂ ਕਿਸੇ ਚੀਜ਼ ਦੀ ਕੀਮਤ ਅਦਾ ਕਰਦੇ ਆ ਤਾਂ ਆਪਾਂ ਉਸ ਚੀਜ਼ ਵੱਲ ਜ਼ਰੂਰ ਤਵੱਜੋ ਦੇਣੇ ਆ ਇਸ ਕਰਕੇ ਮੈਂ ਉਸ ਸਮੇਂ ਤੈਨੂੰ ਇਹ ਮੋਰਾ ਲਿਆਂ ਸਿਰ ਇਹ ਮੋਰਾ ਹਜੇ ਵੀ ਸੰਭਾਲ ਕੇ ਰੱਖਿਆ ਨੇ ਮੇਰੇ ਕਿਸੇ ਕੰਮ ਨਹੀਂ ਉਸ ਦੀ ਤਲੀ ਉੱਤੇ ਰੱਖ ਦਿੰਦੇ ਨੇ ਉਹ ਚਾਰੇ ਮੋਰਾ ਤੇ ਉਹਨੂੰ ਕਹਿੰਦੇ ਹੈ ਗੱਲ ਹਮੇਸ਼ਾ ਯਾਦ ਰੱਖੀ ਮੁਖਤ ਵਿੱਚ ਦਿੱਤੀ ਗੱਲ ਮੁਖਤ ਵਿੱਚ ਦੱਸੀ ਗੱਲ ਦਾ ਕਦੇ ਕੋਈ ਯਕੀਨ ਨਹੀਂ ਕਰਦਾ ਪਰ ਜਦੋਂ ਆਪਾਂ ਕੀਮਤ ਅਦਾ ਕਰਦੇ ਆਂ ਤੇ ਹਮੇਸ਼ਾ ਆਪਾਂ ਨੂੰ ਉਸ ਨੂੰ ਯਾਦ ਰੱਖਦੇ ਆਂ ਇਸ ਲਈ ਮੁਖਤ ਵਿੱਚ ਕਦੇ ਕਿਸੇ ਨੂੰ ਕੋਈ ਸਲਾਹ ਨਾ ਦਵੋ ਕਿਉਂਕਿ ਮੁਖਤ ਵਿੱਚ ਦਿੱਤੀ ਸਲਾਹ ਦੀ ਕੋਈ ਕਦਰ ਨਹੀਂ ਕਰਦਾ ਦੂਸਰੀ ਗੱਲ ਜਦੋਂ ਕੋਈ ਸੰਤ ਫਕੀਰ ਜਾਂ ਕੋਈ ਵੀ ਤੁਹਾਨੂੰ ਗੱਲ ਦੱਸੇ ਤੇ ਉਸ ਤੇ ਹਮੇਸ਼ਾ ਅਮਲ ਕਰੋ ਕਿਉਂਕਿ ਉਹ ਗੱਲ ਤੁਹਾਡੇ ਭਵਿੱਖ ਵਿੱਚ ਆਉਣ ਵਾਲੀ ਹਰ ਇੱਕ ਚੀਜ਼ ਨਾਲ ਜੁੜੀ ਹੁੰਦੀ ਹੈ ਤੇ ਤੁਹਾਨੂੰ ਹਰੇ ਖੇਤਰ ਦੁਖ ਤਕਲੀਫ ਤੋਂ ਬਚਾ